ਕੇਤੀਬਿਲਾ ਦੇ ਰੋਹ ਦੇ ਵਿਚਕਾਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਜਿਹੜਾ ਸੱਦਿਆ ਗਿਆ ਉਦੋਂ ਹੀ ਪੰਜਾਬ ਦੇ ਵਿੱਚ ਜਿਹੜਾ ਪਰਾਲੀ ਦਾ ਮੁੱਦਾ ਵੀ ਪੱਖਿਆ ਹੋਇਆ ਦਿੱਲੀ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਵਿਚਕਾਰ ਸ਼ਬਦੀ ਜੰਗ ਵਿਚਾਰੀ ਹੈ ਇਸੇ ਵਿਚਾਲੇ ਸਾਡੇ ਵਿਚਕਾਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਜੀ ਮੌਜੂਦਾ ਉਹਨਾਂ ਨਾਲ ਗੱਲਬਾਤ ਕਰ ਲੈਣੇ ਕਿਉਂਕਿ ਇਲਜ਼ਾਮ ਜਿਹੜੇ ਅਰਵਿੰਦ ਕੇਜਰੀ ਵੱਲ ਉੱਪਰ ਲੱਗ ਰਹੇ ਪਰਾਲੀ ਦੇ ਮੁੱਦੇ ਨੂੰ ਲੈ ਕੇ ਕਹਿੰਦੇ 4% ਜਿਹੜਾ ਪਰਾਲੀ ਦਾ ਧੂਆ ਦਿੱਲੀ ਤੱਕ ਜਾਂਦਾ ਫਿਰ ਵਾਰ-ਵਾਰ ਪੰਜਾਬ ਨੂੰ ਟਾਰਗੇਟ ਅਰਵਿੰਦ ਕੇਜਰੀ ਵੱਲ ਕਿਉਂ ਕਰਦੇ ਆ ਰਵਿੰਦ ਕੇਜਰੀਵਾਦੀ ਨੇ ਕਦੇ ਵੀ ਪੰਜਾਬ ਨੂੰ ਟਾਰਗੇਟ ਨਹੀਂ ਕੀਤਾਗਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਆਪਣੀਆਂ ਨਕਾਮੀਆਂ ਛਪਾ ਕੇ ਦੋਸ਼ ਕਿਸੇ ਹੋਰ ਤੇ ਮੜ ਰਹੇ ਨੇਗੇ ਦੋਸ਼ ਰਵਿੰਦ ਕੇਜਰੀਵਾਲ ਤੇ ਲਾ ਰਹੇ ਨੇਗੇ ਇਹ ਨਕਾਮੀਆਂ ਆਪ ਦੀ ਕੈਪਟਨ ਸਾਹਿਬ ਛਪਾਉਣ ਦੀ ਕੋਸ਼ਿਸ਼ ਕਰ ਰਹੇ ਨੇਗੇ ਡਿਊਟੀ ਕਿਹਦੀ ਬਣਦੀ ਆ ਪੰਜਾਬ ਵਿੱਚ ਡਿਊਟੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਬਣਦੀ ਆ ਡਿਊਟੀ ਕਿਹਦੀ ਬਣਦੀ ਆ ਮੋਦੀ ਸਾਹਿਬ ਦੀ ਬਣਦੀ ਆ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਵਿਨਰ ਦਾ ਜਿਹੜਾ ਆਰਡਰ ਹੈਗਾ ਉਹਨਾਂ ਦਾ ਆਰਡਰ ਬੜਾ ਸਪਸ਼ਟ ਆ ਕਿ ਕਿਸਾਨਾਂ ਨੂੰ ਮੁਆਵਜ਼ਾ ਦਿਓ ਕਿਸਾਨਾਂ ਨੂੰ ਹੈਪੀ ਸੀਡਰ ਲੈ ਕੇ ਦਿਓ ਕਿਸਾਨਾਂ ਨੂੰ ਹੋਰ ਮਸ਼ੀਨਰੀ ਦਿਓ ਤਾਂ ਕਿ ਕਿਸਾਨ ਜਿਹੜਾ ਹੈਗਾ ਪਰਾਲੀ ਸਾੜਨ ਲਈ ਮਜਬੂਰ ਨਾ ਹੋਵੇ ਇਹ ਗਵਰਨਮੈਂਟ ਆਫ ਇੰਡੀਆ ਦੇ ਨੈਸ਼ਨਲ ਗ੍ਰੀਨ ਟ੍ਰਿਬਿਨਲ ਦੇ ਆਰਡਰ ਨੇਗੇ ਹੁਣ ਸਰਕਾਰ ਕੀ ਕੈਪਟਨ ਸਾਹਿਬ ਨੇ ਕੀ ਐਫੀਡੇਵਿਟ ਦਿੱਤਾ ਹੈਗਾ ਕੈਪਟਨ ਸਾਹਿਬ ਜਿਹੜਾ ਐਫੀਓ ਦਿੱਤਾ ਹੈਗਾ ਹਾਈ ਕੋਰਟ ਚ ਕੀ ਕਿਹਾ ਹੈਗਾ ਕਿ ਕਰੋਨਾ ਮਹਾਮਾਰੀ ਕਾਰਨ ਮੇਰੇ ਕੋਲ ਰੈਵਨਿਊ ਇਕੱਠਾ ਨਹੀਂ ਹੋਇਆ ਮੇਰੇ ਕੋਲ ਪੈਸੇ ਘਟਦੇ ਨੇ ਮੈਂ ਤੁਹਾਨੂੰ ਸਹੂਲਤ ਨਹੀਂ ਦੇ ਸਕਦਾ ਸੋ ਆਪਣੀ ਢਕਾਮੀ ਕੈਪਟਨ ਸਾਹਿਬ ਨਾਸਕਾਉਣ ਪੂਰੇ ਪੰਜਾਬ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਫੇਲ ਹੋਏ ਨੇ ਮੋਦੀ ਸਾਹਿਬ ਫੇਲ ਹੋਏ ਨੇ ਕਿ ਕਿਸਾਨਾਂ ਦੇ ਕਿਸਾਨਾਂ ਨੂੰ ਜਿਹੜਾ ਹੈਗਾ ਨਾ ਕੋਈ ਸਹਾਇਤਾ ਪ੍ਰਵਾਰ ਕੀਤੀ ਨਾ ਹੀ ਕੋਈ ਜਿਹੜਾ ਹੈਗਾ ਤਾਂ ਹਲ ਘਟਿਆ ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਜੀ ਨੇ ਇੱਕ ਇਸ ਤਰ੍ਹਾਂ ਦਾ ਕੋਲ ਰਸਾਇਣਾਂ ਦਾ ਕੋਲ ਇਸ ਤਰ੍ਹਾਂ ਤਿਆਰ ਕੀਤਾ ਹੈਗਾ ਜਿਹੜਾ ਕਿ ਅਸੀਂ ਪ੍ਰਾਲੀ ਤੇ ਸਿ ਉਹ ਖਾਦ ਦੇ ਰੂਪੇ ਤਬਦੀਲ ਹੋ ਜਾਂਦੀ ਹੈਗੀ ਸੋ ਉੱਥੇ ਅਸੀਂ ਐਕਸਪੈਰੀਮੈਂਟ ਕਰ ਰਹੇ ਹਾਂ ਦਿੱਲੀ ਦੇ ਵਿੱਚ ਬੇਸ਼ੱਕ ਉੱਥੇ ਜ਼ਮੀਨ ਥੋੜੀ ਆ ਘੱਟ ਜ਼ਮੀਨ ਆ ਪਰ ਲੇਕਰ ਅਸੀਂ ਐਕਸਪੈਰੀਮੈਂਟ ਕਰ ਰਹੇ ਹਾਂ ਅਸੀਂ ਜਿਹੜੀ ਦਿੱਲੀ ਦੀ ਰਿਸਰਚ ਸੈਂਟਰ ਨੇ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਨਾਲ ਟਾਈ ਅਪ ਕਰਕੇ ਇਹ ਡਿਵੈਲਪ ਕੀਤਾ ਹੈਗਾ ਤਾਂ ਕਿ ਕਿਸਾਨ ਜਿਹੜਾ ਹੈਗਾ ਪਰਾਲੀ ਸੜਨ ਲਈ ਮਜਬੂਰ ਨਾ ਹੋਵੇ ਔਰ ਉਹ ਕੋਲ ਦਾ ਛੜਕਾਓ ਕਰਕੇ ਜਿਹੜਾ ਹੈਗਾ ਤਾਂ ਜਾ ਕੇ ਜਿਹੜੀ ਪਰਾਲੀ ਸੜ ਜਵੇ ਸੜ ਕੇ ਆਪਣਾ ਖਾਦ ਦੇ ਵਿੱਚ ਤਬਦੀਲ ਹੋ ਜੇ ਸੋ ਰਵਿੰਦ ਕੇਜ ਦੀ왈 ਜੀ ਦਿੱਲੀ ਦੇ ਕਿਸਾਨਾਂ ਲਈ ਕਿੰਨਾ ਅੱਛਾ ਕੰਮ ਕਰ ਰਹੇ ਨੇਗੇ ਪਹਿਲਾਂ ਸੁਆਮੀਨਾਥ ਰਿਪੋਰਟ ਲਾਗੂ ਕੀਤੀ ਪਰ ਪੰਜਾਬ ਦੇ ਮੁੱਖ ਮੰਤਰੀ ਤਾਂ ਸਿਰਫ ਬਲੇਮ ਬਾਜੀ ਕਰਦੇ ਨੇ ਦੁਸ਼ਲਵਾਜੀ ਕਰਦੇ ਨੇ ਕਿ ਕਦੇ ਕੋਈ ਕੰਮ ਨਹੀਂ ਕੀਤਾ ਹੁਣ ਤੁਸੀਂ ਦੇਖੋ ਕਿੱਡੇ ਵੱਡੇ ਤਿੰਨ ਬਿੱਲ ਆਏ ਨੇ ਤਿੰਨ ਬਿੱਲਾਂ ਦੇ ਉੱਤੇ ਪੰਜਾਬ ਚ ਜਿਹੜਾ ਇੱਥੇ ਡਰਾਮੇਬਾਜੀ ਕਰੀ ਜਾਂਦੇ ਨੇ ਕਦੇ ਸੈਂਟਰ ਕੋਲੇ ਗਏ ਨੇ ਕਦੇ ਮੋਦੀ ਸਾਹਿਬ ਨੇ ਇੱਕ ਮੀਟਿੰਗ ਕੀਤੀ ਹੈ ਕੈਪਟਨ ਸਾਹਿਬ ਨੇ ਕਦੇ ਜਾ ਕੇ ਖੇਤੀਬਾੜੀ ਮੰਤਰੀ ਨਾਲ ਕਦੇ ਕੋਈ ਮੀਟਿੰਗ ਕੀਤੀ ਹੈ ਕੋਈ ਮੀਟਿੰਗ ਨਹੀਂ ਕੀਤੀ 28 ਤਰੀਕ ਨੂੰ ਸੈਸ਼ਨ ਬੁਲਾ ਲਿਆ ਪਿਛਲੀ 28 ਤਰੀਕ ਨੂੰ ਸੈਸ਼ਨ ਵਿਧਾਨ ਸਭਾ ਦਾ ਕਿਉਂ ਨਹੀਂ ਉਹ ਰੈਜੂਲੇਸ਼ਨ ਜਿਹੜਾ ਹੈਗਾ ਪ੍ਰਧਾਨ ਮੰਤਰੀ ਕੋਲ ਗਿਆ ਕਿਉਂ ਨਹੀਂ ਉਸ ਰੈਜੂਲੇਸ਼ਨ ਦੀ ਕਾਪੀ ਦੇਸ਼ ਦੀ ਪਾਰਲੀਮੈਂਟ 'ਚ ਰੱਖੀ ਇਹਨਾਂ ਦੇ 7-8 ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਨੇ ਚਾਰ-ਪੰਜ ਜਿਹੜੇ ਹੈਗੇ ਰਾਜ ਸਭਾ ਦੇ ਨੇ ਕਿਉਂ ਨਹੀਂ ਰੱਖੀ ਹੈਗੀ ਐਤੋਂ ਪਤਾ ਲੱਗਦਾ ਕਿ ਕੈਪਟਨ ਸਾਹਿਬ ਜਿਹੜੇ ਹੈਗੇ ਨੇਗੇ ਉਹ ਮੋਦੀ ਸਾਹਿਬ ਨਾਲ ਰਲ ਕੇ ਗੇਮ ਖੇਡ ਰਹੇ ਨੇ ਕਿਸਾਨਾਂ ਤੇ ਸਕੀਮ ਲਾ ਰਹੇ ਨੇ ਅੱਜ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਕਿਸਾਨ ਨੂੰ ਪਤਾਗਾ ਕਿ ਕੈਪਟਨ ਜਿਹੜਾ ਹੈਗਾ ਉਹ ਕਿਸਾਨ ਵਿਰੋਧੀ ਆ ਬਾਦਲ ਬੱਚਾ ਬੱਚਾ ਜਾਣਦਾ ਕੈਪਟਨ ਸਾਹਿਬ ਡਰਾਮੇਬਾਜ਼ੀ ਕਰਨ ਦੇ ਬੜੇ ਮਾਹਰ ਨੇਗੇ ਇੱਕ ਦਿਨ ਦਾ ਵਿਧਾਨ ਸਭਾ ਸੈਸ਼ਨ ਬੁਲਾ ਲਿਆ 19 ਤਰੀਕ ਨੂੰ ਇੱਕ ਦਿਨ ਦੇ ਵਿਧਾਨ ਸਭਾ ਦੇ ਸੈਸ਼ਨ ਚ ਕੀ ਹੋਊਗਾ ਕਿਉਂ ਨਹੀਂ ਵਿਧਾਨ ਸਭਾ ਦਾ ਸੈਸ਼ਨ 7 ਦਿਨ ਦਾ ਬੁਲਾਉਂਦੇ ਆਮ ਆਦਮੀ ਪਾਰਟੀ ਦੀ ਮੰਗ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈਗਾ 7 ਦਿਨ ਦਾ ਬੁਲਾਇਆ ਜਾਵੇ ਤਾਂ ਕਿ ਉੱਥੇ ਸਾਰੇ ਜਿਹੜੇ ਬਿੱਲ ਨੇ ਚੰਗੀ ਤਰ੍ਹਾਂ ਉਹਨਾਂ ਦੀ ਕੋਕ ਪੜਤਾਲ ਕਰਕੇ ਚੰਗੀ ਤਰ੍ਹਾਂ ਉਹਨਾਂ ਦੀ ਵਿਚਾਰ ਕੇ ਫਿਰ ਕਾਨੂੰਨ ਲਿਆਂਦਾ ਜਾਵੇ ਫਿਰ ਕਾਨੂੰਨ ਬਣਾਇਆ ਜਾਵੇ ਪਰ ਲੇਕਿਨ ਮੈਂ ਸਮਝਦਾ ਕੈਪਟਨ ਸਾਹਿਬ ਇਹ ਤਾਂ ਕਰ ਰਹੇ ਨੇ ਕਿਉਂਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਦਾ ਸੰਘਰਸ਼ ਤੋੜਨਾ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਜਿਹੜੀ ਬੋਦੀ ਸਾਹਿਬ ਦੀ ਸਕੀਮ ਆ ਉਹਦੇ ਤਹਿਤ ਕੰਮ ਕਰ ਰਹੇ ਨੇ ਕਿ ਕਿਉਂ ਨਹੀਂ ਕੈਪਟਨ ਸਾਹਿਬ ਨੇ ਸਾਰੀਆਂ ਕਿਸਾਨਾਂ ਦੀ ਤੇ ਬੰਦੀ ਮੀਟਿੰਗ ਬੁਲਾਈ ਆਮ ਆਦਮੀ ਪਾਰਟੀ ਵੱਲੋਂ ਮੰਗ ਸੀ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਇੱਕ ਮੀਟਿੰਗ ਹੋਵੇ ਸਰਪਾਰਟੀ ਮੀਟਿੰਗ ਹੋਵੇ ਉਸ ਮੀਟਿੰਗ ਦੇ ਵਿੱਚੋਂ ਜੋ ਕੰਕਰੀਟ ਮਾਮਲਾ ਨਿਕਲ ਕੇ ਆਉਂਦਾ ਜੋ ਵੀ ਉਹਦਾ ਹੱਲ ਨਿਕਲ ਕੇ ਆਉਂਦਾ ਉਹ ਨੂੰ ਵਿਧਾਨ ਸਭਾ ਚ ਰੱਖਿਆ ਜਾਵੇ ਔਰ ਕੈਪਟਨ ਸਾਹਿਬ ਮੈਂ ਸਮਝਦਾ ਡਰਾਮੇਬਾਜੀ ਨਾ ਕਰੋ ਅੱਜ ਪੰਜਾਬ ਦੇ ਕਿਸਾਨ ਨਾਲ ਖੜਨ ਦਾ ਸਮਾਂਗਾ ਤੁਸੀਂ ਪਹਿਲਾਂ ਪਾਣੀਆਂ ਦੇ ਮਾਮਲੇ ਤੇ ਡਰਾਮੇਬਾਜੀ ਕੀਤੀ ਸੀ ਸਾਰਾ ਤੁਸੀਂ ਕੇਸ ਸੁਪਰੀਮ ਕੋਰਟ ਚ ਹਾਰ ਗਏ ਸੀ ਹੁਣ ਤੱਕ ਤੁਹਾਡਾ ਡਬਲ ਜੀ ਤੁਹਾਡਾ ਐਡਵੋਕੇਟ ਜਨਰਲ ਦਾ ਆਫਿਸ ਜਿਹੜਾ ਹੈਗਾ ਉਹ ਲਗਾਤਾਰ ਸਾਰੇ ਕੇਸ ਚਾਹੇ ਹਾਈ ਕੋਰਟ ਆ ਚਾਹੇ ਔਨਰੇਬਲ ਸੁਪਰੀਮ ਕੋਰਟ ਆ ਸਾਰੀਆਂ ਕੋਰਟਾਂ ਦੇ ਵਿੱਚ ਪੰਜਾਬ ਦਾ ਐਡਵੋਕੇਟ ਜਨਰਲ ਸਾਰੇ ਕੇਸ ਹਾਰ ਰਿਹਾ ਚਾਹੇ ਕੋਲਵਾਸ਼ਿੰਗ ਦਾ ਕੇਸ ਲੈ ਲਓ ਤੁਸੀਂ ਦੇਖੋ ਕਿਵੇਂ ਪਾਵਰ ਕਾਰਪੋਰੇਸ਼ਨ ਦਾ ਕੋਲਵਾਸ਼ਿੰਗ ਦਾ ਕੇਸ ਆ ਉਹ ਹਾਰ ਗਏ ਬਾਬਲ ਕਲਾਂ ਦਾ ਕੇਸ ਉਹ ਹਾਰ ਰਹੇ ਨੇ ਲਗਾਤਾਰ ਲਗਾਤਾਰ ਜਿਹੜਾ ਹੈਗਾ ਆਪਣਾ ਸਵੇਰ ਸੈਣੀ ਦਾ ਕੇਸ ਹਾਰ ਕੇ ਹੋਰ ਕਿੰਨੇ ਕੇਸ ਜਿਹੜੇ ਹੈਗੇ ਨੇ ਪੰਜਾਬ ਦੇ ਜਿਹੜੇ ਕਿ ਹਾਈ ਕੋਰਟ ਦੇ ਵਿੱਚ ਆਨਰੇਬਲ ਹਾਈ ਕੋਰਟਸ ਵੀ ਹਾਰ ਰਹੇ ਨੇ ਸੁਪਰੀਮ ਕੋਰਟਸ ਵੀ ਹਾਰ ਰਹੇ ਨੇਗੇ ਉਹਨਾਂ ਲਈ ਅਫਸਰ ਤੋਂ ਸੀਐਮ ਸਾਹਿਬ ਸਲਾਹ ਰਹੇ ਨੇ ਕਿ ਸੋ ਇਹ ਤੋਂ ਪਤਾ ਲੱਗਦਾ ਕਿ ਸੀਐਮ ਸਾਹਿਬ ਇੱਕ ਵਾਰ ਫੇਰ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨਾ ਚਾਹੁੰਦੇ ਨੇਗੇ ਕਿਸਾਨ ਸੰਘਰਸ਼ ਨੂੰ ਤੋੜਨਾ ਚਾਹੁੰਦੇ ਨੇਗੇ ਇਹੀ ਕਾਰਨ ਹੈ ਕਿ ਉਹ ਚੁੱਪਚਾਪ ਉਹਨਾਂ ਨੇ ਆਪਣਾ ਜਿਹੜਾ ਹੈਗਾ ਸੈਸ਼ਨ ਕੁਝ ਘੰਟਿਆਂ ਦਾ ਬੁਲਾ ਲਿਆ ਕਿ ਉਹ ਨਹੀਂ ਸਪਲਾਈ ਕੀਤੀਆਂ ਗਾਪੀਆਂ ਆਮ ਆਦਮੀ ਪਾਰਟੀ ਦੀ ਮੰਗ ਸੀ ਮੈਂ ਲੈਟਰ ਵੀ ਭੇਜੇ ਨੇ ਸੀਐਮ ਸਾਹਿਬ ਨੂੰ ਵੀ ਭੇਜ ਜਾਗਾ ਪੰਜਾਬ ਦੇ ਚੀਫ ਸੈਕਟਰੀ ਦੇ ਸਾਹਿਬ ਨੂੰ ਭੇਜ ਜਾਗਾ ਕਿ ਮੈਨੂੰ ਸਾਰੀਆਂ ਕਾਪੀਆਂ ਜਿਹੜੇ ਤੁਸੀਂ ਬਿਲ ਰੱਖਣਾ ਚਾਹੁੰਦੇ ਹੋ ਜਿਹੜਾ ਵੀ ਵਿਧਾਨ ਸਭਾ ਤੁਸੀਂ ਬਿਜ਼ਨਸ ਲੈ ਕੇ ਆਉਣਾ ਚਾਹੁੰਦੇ ਹੋ ਉਹਦੀਆਂ ਕਾਪੀਆਂ ਦਿਓ ਕਾਪੀਆਂ ਸਪਲਾਈ ਕਰੋ ਪਰ ਲੇਕਿਨ ਪੰਜਾਬ ਦਾ ਮੁੱਖ ਮੰਤਰੀ ਟਰੱਸਟ ਤੋਂ ਮਸ ਨਹੀਂ ਹੁੰਦਾਗਾ ਕਿਉਂਕਿ ਹੰਕਾਰ ਜਿਹੜਾ ਹੈਗਾ ਉਹਨੂੰ ਸਿਰ ਚੜ੍ਹ ਕੇ ਬੋਲ ਰਿਹਾ ਹੈਗਾ ਮੈਂ ਵਿਧਾਨ ਸਭਾ ਦੇ ਸੈਸ਼ਨ ਬਾਰੇ ਵੀ ਗੱਲ ਕਰੂੰਗਾ ਤੇ ਜਿਹੜਾ ਤੁਸੀਂ ਕਿਸਾ ਦੀ ਗੱਲ ਕੀਤੀ ਉਸ ਬਾਰੇ ਵੀ ਗੱਲ ਕਰੂੰਗਾ ਸਭ ਤੋਂ ਪਹਿਲਾਂ ਇਹ ਪੁੱਛੂੰ ਜੋ ਆਮ ਆਦਮੀ ਪਾਰਟੀ ਨੇ ਘੋਲ ਅ ਅੱਜ ਟੈਸਟ ਹੈ ਜੇਕਰ ਟੈਸਟ ਪਾਸ ਹੁੰਦੇ ਕੀ ਪੰਜਾਬ ਦੀ ਜ਼ਮੀਨ ਉੱਪਰ ਵੀ ਟੈਸਟ ਕੀਤਾ ਜਾਣਾ ਕਿਉਂਕਿ ਦਿੱਲੀ ਤੇ ਪੰਜਾਬ ਦੀ ਜ਼ਮੀਨ ਚ ਜ਼ਮੀਨ ਆਸਮਾਨ ਦਾ ਫਰਕ ਹੈ ਬਿਲਕੁਲ ਅਸੀਂ ਜਿਹੜਾ ਹੈਗਾ ਸਾਡੇ ਜਿਹੜੇ ਮਾਹਰ ਨੇਗੇ ਦਿੱਲੀ ਸਰਕਾਰ ਦੇ ਮਾਹਰ ਨੇ ਉਹਨਾਂ ਦੀ ਸਲਾਹ ਲੈ ਕੇ ਜੇਕਰ ਸਾਡਾ ਇਹ ਜਿਹੜਾ ਤਜਰਬਾ ਸਫਲ ਰਿਹਾ ਦਿੱਲੀ ਦੇ ਵਿੱਚ ਤਾਂ ਉਹ ਅਸੀਂ ਟ੍ਰਾਇਲ ਜਿਹੜਾ ਪੰਜਾਬ ਚ ਵੀ ਕਰਾਂਗੇ ਉਹਦੇ ਲਈ ਅਸੀਂ ਜਿਹੜੀ ਰੂਪਰੇਖਾ ਤਿਆਰ ਕਰ ਰਹੇ ਹਾਂਗੇ ਜਦੋਂ ਸਕਸੈਸਫੁਲ ਰੇਟ ਜਿਹੜਾ ਹੈਗਾ ਜਦੋਂ ਸਕਸੈਸਫੁਲ ਉਹਦੀ ਉੱਥੇ ਹੋ ਗਿਆ ਦਿੱਲੀ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਪੰਜਾਬ ਚ ਤਜਰਬਾ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਖੇ ਮਜਬੂਰ ਕੀਤਾ ਕੈਪਟਨ ਸਾਹਿਬ ਨੇ ਕਿਹਨੇ ਕੀਤਾ ਮਜਬੂਰ ਬੋਦੀ ਸਾਹਿਬ ਨੇ ਕਿਉਂਕਿ ਸਮੇਂ ਸਿਰ ਸਹਾਇਤਾ ਨਹੀਂ ਦੇ ਰਹੇ ਸਮੇਂ ਸਿਰ ਜਿਹੜੇ ਨੈਸ਼ਨਲ ਕ੍ਰੀਡ ਇੰਟਰਵਿਊ ਦੇ ਆਰਡਰ ਨੇ ਲਾਗੂ ਨਹੀਂ ਹੋ ਰਹੇ ਸੋ ਆਮ ਆਦਮੀ ਪਾਲ ਕੀ ਬਿਲਕੁਲ ਜਦੋਂ ਜਿਹੜਾ ਹੈਗਾ ਉਹ ਆਊਗਾ ਉਹ ਆਪਣਾ ਸਰੀਨ ਤੀਜਾ ਹੋਊਗਾ ਸਕੂਲ ਦਾ ਸੋ ਉਸ ਬਾਅਦ ਪੰਜਾਬ ਚ ਅਪਲਾਈ ਕਰਾਂਗੇ ਵਿਧਾਨ ਸਭਾ ਦਾ ਸੈਸ਼ਨ ਇੱਕ ਦਿਨ ਦਾ ਸੱਦਿਆ ਤੁਸੀਂ ਕਹਿੰਦੇ ਹੋ ਵੀ 7 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਪਰ ਉਹ ਕਹਿੰਦੇ ਸੀ ਵਿਸ਼ੇਸ਼ ਸੈਸ਼ਨ ਜਿਹੜੇ ਸੱਦਿਆ ਕਿਸਾਨਾਂ ਆਸਤੀ ਸੱਦਿਆ ਉਹਦੇ ਆਸੇ ਅਸੀਂ ਪੂਰਾ ਜਿਹੜਾ ਖਰੜਾ ਤਿਆਰ ਕਰ ਲਿਆ ਤੇ ਉਹਨਾਂ ਦੇ ਵਿਰੁੱਧ ਜਿਹੜੇ ਕ ਦੇਖੋ ਇੱਕ ਦਿਨ ਦਾ ਸੈਸ਼ਨ ਮੈਂ ਸਮਝਦਾ ਮਹਿਜ ਮਜ਼ਾਕ ਆ ਕਿਸਾਨਾਂ ਦੇ ਨਾਲ ਇੱਕ ਦਿਨ ਦੇ ਸੈਸ਼ਨ ਦੇ ਵਿੱਚ ਐਡੇ ਵੱਡੇ ਕਾਨੂੰਨ ਜਿਹੜੇ ਜਿਹੜੇ ਮੈਂ ਸਮਝਦਾ ਲੰਬਾ ਅਰਸਾ ਇਹਨਾਂ ਦੀ ਦੇਣ ਨੇ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੀ ਦੇਣ ਨੇ ਕਾਨੂੰਨ ਸੋ ਉਹਦੇ ਉੱਤੇ ਚੰਦ ਘੰਟੇ ਵਿੱਚ ਕਿਵੇਂ ਕਾਨੂੰਨ ਬਣਾ ਲੈਣਗੇ ਸੋ ਉਹ ਕਾਨੂੰਨ ਦਾ ਖਰੜਾ ਜਿਹੜਾ ਹੈਗਾ ਕਿਉਂ ਨਹੀਂ ਜਨਤਕ ਹੁੰਦਾ ਕਿਉਂ ਨਹੀਂ ਲੋਕਾਂ ਨੂੰ ਦੱਸਿਆ ਜਾਂਦਾ ਕਿਉਂ ਨਹੀਂ ਕਿਸਾਨਾਂ 'ਤੇ ਇਹ ਬੰਦ ਸਾਂਝਾ ਕੀਤਾ ਜਾਂਦਾ ਕਿਉਂ ਨਹੀਂ ਪੋਲਿਟੀਕਲ ਪਾਰਟੀਆਂ ਨਾਲ ਸਾਂਝਾ ਕੀਤਾ ਜਾਂਦਾ ਪੰਜਾਬ ਦੀ ਜਿਹੜੀ ਵਿਧਾਨ ਸਭਾ ਦੀ ਰੂਲ ਬੁੱਕ ਆ ਵਿਧਾਨ ਸਭਾ ਦੀ ਰੂਲ ਬਿਚ ਬੜਾ ਸਪਸ਼ਟ ਲਿਖਿਆ ਹੈ ਜੇਕਰ ਸਰਕਾਰ ਕੋਈ ਕਾਨੂੰਨ ਲੈ ਕੇ ਆਉਣਾ ਚਾਹੁੰਦੀ ਹੈ ਜਾਂ ਕੋਈ ਬਿੱਲ ਲੈ ਕੇ ਆਉਣਾ ਚਾਹੁੰਦੀ ਆ ਉਹਦੀਆਂ ਗਾਹਾਂ 15 15 ਦਿਨ ਪਹਿਲਾਂ 15 ਦਿਨ ਪਹਿਲਾਂ ਉਹਦੀਆਂ ਕਾਪੀਆਂ ਜਿਹੜੀਆਂ ਹੈਗੀਆਂ ਸਬੰਧਤ ਜਿਹੜੇ ਹੈਗੇ ਨੇ ਐਮ ਐਲ ਏ ਸਹਿਬਾਨ ਉਹਨੂੰ ਸੌਂਪੀਆਂ ਜਾਣੀਆਂ ਚਾਹੀਦੀਆਂ ਕਿਉਂ ਨਹੀਂ ਸੌਂਪ ਰਏ ਸੇ ਕੈਪਟਨ ਸਾਹਿਬ ਕਿਉਂ ਲਕੋ ਰਏ ਨੇਗੇ ਸੋ ਇਹ ਲਕੋ ਦੇ ਵਿੱਚ ਹੀ ਸਮਝਦੇ ਆ ਕਿ ਉਹਨਾਂ ਦੀ ਬਹੁਤ ਵੱਡੀ ਚਲਾਕੀ ਆ ਕਿਤੇ ਨਾ ਕਿਤੇ ਉਹ ਕਿਸਾਨਾਂ ਨੂੰ ਧੂਖਾ ਕਰਨ ਜਾ ਰਹੇ ਨੇਗੇ ਤਰਨਤਰਨ ਦੇ ਵਿੱਚ ਕਾਮਰੇਡ ਬਲਦੇਵ ਸਿੰਘ ਦਾ ਮਰਡਰ ਹੋਇਆ ਕਿਸ ਤਰ੍ਹਾਂ ਆਵਾ ਦੇ ਪਾਰਟੀ ਦੇਖੋ ਕਾਮਰੜ ਬਲਵਿੰਦਰ ਸਿੰਘ ਦੀ ਜਿਹੜੀ ਹਤਿਆ ਹੋਈ ਆ ਬਹੁਤ ਮਾੜੀ ਆ ਬਹੁਤ ਨਿੰਦਣਯੋਗ ਆ ਕਿਉਂਕਿ ਉਸ ਮਨੁੱਖ ਨੇ ਲੰਬਾ ਹਰਸਾ ਜਿਹੜਾ ਹੈਗਾ ਅਤਵਾਦੀਆਂ ਨਾਲ ਜਿਹੜਾ ਆਢੇ ਲਿਆ ਉਹਨਾਂ ਦੇ ਖਿਲਾਫ 18 19 ਜਿਹੜੇ ਹੈਗੇ ਉਹਨਾਂ ਦੇ ਖਿਲਾਫ ਬਹੁਤ ਸਾਰੇ ਅਟੈਕ ਵੀ ਹੋਏ ਪੰਜਾਬ ਸਰਕਾਰ ਨੇ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਇੱਕ ਮੈਂ ਸਮਝਦਾ ਇੱਕ ਸਿਆਸੀ ਚਾਲ ਦੇ ਤਹਿਤ ਉਹਨਾਂ ਦੀ ਸਿਕਿਉਰਿਟੀ ਵਾਪਸ ਲਈ ਪੰਜਾਬ ਸਰਕਾਰ ਕੈਪਟਨ ਸਾਹਿਬ ਜਵਾਬ ਦੇਣ ਕਿ ਸਿਕਿਉਰਿਟੀ ਕਿਉਂ ਵਾਪਸ ਲਈ ਇਹ ਸਿਕਿਉਰਿਟੀ ਪੰਜਾਬ ਦੇ ਮੁੱਖ ਮੰਤਰੀ ਨੇ ਵਾਪਸ ਲਈ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਹੋਮ ਮਿਨਿਸਟਰ ਵੀ ਹੈ ਪੰਜਾਬ ਦਾ ਉਹਨਾਂ ਵੱਲੋਂ ਸਿਕਿਉਰਿਟੀ ਵਾਪਸ ਲੈਣਾ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਕੈਪਟਨ ਸਾਹਿਬ ਦੀ ਸਰਕਾਰ ਤੇ ਖੜੇ ਕਰਦਾ ਹੈ ਦਾ ਕਿ ਤੁਰੰਤ ਬਤਾਰ ਹੋਮ ਮਿਨਿਸਟਰ ਜਿਹੜਾ ਹੈਗਾ ਅਸਤੀਫਾ ਦੇਣ ਕਿਉਂਕਿ ਉਹਨੂੰ ਦੀ ਜ਼ਿੰਮੇਵਾਰੀ ਬਣਦੀ ਹੈ ਕੱਲ ਲੁਧਿਆਣੇ ਦੇ ਵਿੱਚ ਡਾਕਾ ਪਿਆ ਕਿੰਨਾ ਵੱਡਾ ਡਾਕਾ ਸੀਗਾ ਹੋਰ ਬਹੁਤ ਸਾਰੇ ਡਾਕੇ ਬਹੁਤ ਸਾਰੀਆਂ ਘਟਨਾਵਾਂ ਪੰਜਾਬ 'ਚ ਹੋ ਰਹੀਆਂ ਨੇ ਕਿਆਂ ਔਰ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਬਹੁਤ ਮਾੜੀ ਬਣੀ ਹੋਈ ਹੈ ਇਹਦੇ ਜ਼ਿੰਮੇਵਾਰ ਕੌਣ ਨੇ ਕੈਪਟਨ ਸਾਹਿਬ ਨੇਗੇ ਜੇਕਰ ਪੰਜਾਬ ਸਰਕਾਰ ਪ੍ਰਸੈਸ਼ੇਸ਼ਨ ਦੇ ਵਿੱਚ ਫੈਸਲਾ ਕਰਦੀ ਹੈ ਕਿ ਜਾਂ ਕੈਬਨਿਟ ਦੀ ਮੀਟਿੰਗ ਹੈ ਫੈਸਲਾ ਹੁੰਦਾ ਕਿ ਸੁਪਰੀਮ ਕੋਰਟ ਜਾਇਆ ਜਾਵੇ ਖੇਤੀ ਕਾਨੂੰਨਾਂ ਦੇ ਖਿਲਾਫ ਤਾਂ ਆਮ ਆਦਮੀ ਪਾਰਟੀ ਨਾਲ ਖੜੂਗੀ ਪੰਜਾਬ ਸਰਕਾਰ ਦੇ ਬਿਲਕੁਲ ਅਸੀਂ ਪੰਜਾਬ ਸਰਕਾਰ ਦੇ ਨਾਲ ਅਸੀਂ ਡੇ 1 ਤੋਂ ਪੰਜਾਬ ਸਰਕਾਰ ਨੂੰ ਕਹਿ ਰਹੇ ਕਿ ਉਹ ਅੱਛੀ ਲੈਜਿਸਲੇਸ਼ਨ ਕੋਈ ਅੱਛੇ ਕਾਨੂੰਨ ਲਿਆਂਦੇ ਜਾਣ ਆਮ ਆਦਮੀ ਪਾਰਟੀ ਨੂੰ ਸਪੋਰਟ ਕਰੂਗੀ ਆਮ ਆਦਮੀ ਪਾਰਟੀ ਬਿਲਕੁਲ ਜੇਕਰ ਪੰਜਾਬ ਸਰਕਾਰ ਸੁਪਰੀਮ ਕੋਰਟ ਜਾਊਗੀ ਤਾਂ ਅਸੀਂ ਸਪੋਰਟ ਕਰਾਂਗੇ ਪਰ ਲੇਕਿਨ ਮੇਰਾ ਇੱਕ ਫੇਰ ਦੁਬਾਰੇ ਸਵਾਲ ਆ ਕਿ ਕੈਪਟਨ ਸਾਹਿਬ ਚੰਗੇ ਜਿਹੜੇ ਹੈਗੇ ਨੇਗੇ ਜਿਹੜੇ ਵੱਡੇ ਤਜਰਬੇਕਾਰ ਵਕੀਲ ਨੇ ਆਨਰੇਬਲ ਸੁਪਰੀਮ ਕੋਰਟ ਦੇ ਵਕੀਲ ਨੇ ਉਹਨਾਂ ਨੂੰ ਅਗੇਜ ਕੀਤਾ ਜਾਵੇ ਕਿਉਂਕਿ ਪੰਜਾਬ ਦਾ ਐਡਵੋਕੇਟ ਜਨਰਲ ਜਿਹੜਾ ਹੈਗਾ ਹਜੇ ਤੱਕ ਕੋਈ ਅੱਛੀ ਡਿਲੀਵਰੀ ਪੰਜਾਬ ਨੂੰ ਨਹੀਂ ਦੇ ਸਕਿਆ ਸੈਨੀ ਦੀ ਜਵਾਨਦ ਰੱਦ ਹੋਈ ਮੁਹਾਲੀ ਕੋਰਟ ਤੋਂ ਰੱਦ ਹੋਈ ਸੀ ਤੇ ਉਦੋਂ ਬਾਅਦ ਜਿਹੜਾ ਤੁਸੀਂ ਕਹਿ ਰਹੇ ਹੋ ਬੈਬਲ ਕਲਾ ਦਾ ਕੇਸ ਹੈ ਉਸ ਵਿੱਚ ਵੀ ਉਸ ਨੂੰ ਨਾਮਜ਼ਦ ਕੀਤਾ ਸੁਮੇਸ਼ ਸੈਣੀ ਨੂੰ ਨਾਮਜ਼ਦ ਕੀਤਾ ਹੈ ਅਜੀ ਉਮਰਨ ਨੰਗਲ ਨੂੰ ਜਿਹੜਾ ਨਾਮਜ਼ਦ ਕੀਤਾ ਜਾ ਚੁੱਕਿਆ ਹੈ ਤੁਸੀਂ ਕਹ ਰਹੇ ਪੰਜਾਬ ਸਰਕਾਰ ਲਗਾਤਾਰ ਕੇਸ ਹਾਰ ਰਹੀ ਹੈ ਨਾਮਜਦ ਕੌਣ ਕਰ ਰਿਹਾ ਨਾਮਜਦ ਜਿਹੜੀ ਸੈਟਅਪ ਕਰ ਰਹੀ ਆ ਜਿਹੜੀ ਆ ਇਨਵੈਸਟੀਗੇਸ਼ਨ ਏਜੰਸੀ ਉਹ ਕਰ ਰਹੀ ਆ ਔਰ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਆ ਉਹਨੇ ਕੇਸ ਕਿੱਥੇ ਲੜਨ ਦੇ ਨੇ ਉਹਨੇ ਹਾਈ ਕੋਰਟ ਚ ਲੜਨ ਦੇ ਨੇ ਉਹਨਾਂ ਕੇਸ ਕਿੱਥੇ ਲੜਨ ਦੇ ਸੁਪਰੀਮ ਕੋਰਟ ਚ ਲੜਨ ਦੇ ਕਿ ਉੱਥੇ ਜਾ ਕੇ ਜਿਹੜੀ ਹਾਈ ਕੋਰਟ ਦੇ ਬਹੁਤ ਸਾਰੀਆਂ ਤੁਸੀਂ ਜਾ ਕੇ ਜਿੰਨੀਆਂ ਵੀ ਜੱਜਮੈਂਟਾਂ ਪੰਜਾਬ ਸਰਕਾਰ ਦੇ ਅਗੇਂਸਟ ਆਈਆਂ ਨੇ ਸਾਰੀਆਂ ਜੱਜਮੈਂਟਾਂ ਤੁਸੀਂ ਖੋਲ ਕੇ ਦੇਖ ਲਓ ਕਿ ਪੰਜਾਬ ਸਰਕਾਰ ਦੇ ਆਫੀਸਰ ਪੇਸ਼ ਹੀ ਨਹੀਂ ਹੁੰਦੇ ਹੈਗੇ ਐਡਵੋਕੇਟ ਜਨਰਲ ਦੇ ਆਫਿਸ ਤੇ ਬੰਦੇ ਨਹੀਂ ਪੇਸ਼ ਹੁੰਦੇ ਹੈਗੇ ਜਿਹੜੇ ਐਡਵੋਕੇਟ ਜਨਰਲ ਨਿਯੁਕਤ ਨੇ ਪੇਸ਼ ਨਹੀਂ ਹੁੰਦੇ ਨਾ ਹਾਈ ਕੋਰਟ ਚ ਹੋ ਰਹੇ ਨੇ ਨਾ ਸੁਪਰੀਮ ਕੋਰਟ ਜਦੋਂ ਟਾਈਮ ਲੰਘ ਜਾਂਦਾ ਹੈਗਾ ਜਦੋਂ ਆਰਗੂਮੈਂਟ ਫਿਨਿਸ਼ ਹੋ ਜਾਂਦਾ ਦੂਜੀ ਪਾਰਟੀ ਦਾ ਉਸ ਸਮੇਂ ਜਾ ਕੇ ਪੇਸ਼ ਹੁੰਦੇ ਨੇਗੇ ਸੋ ਕਿਤੇ ਨਾ ਕਿਤੇ ਜਿਹੜਾ ਹੈਗਾ ਉਹਨਾਂ ਨੂੰ ਲੰਘਾ ਬਚਾਉਣ ਦਾ ਲੰਘਾ ਪੰਜਾਬ ਦਾ ਐਡਵੋਕੇਟ ਜਨਰਲ ਦੋਸ਼ੀਆਂ ਨੂੰ ਦੇਰ ਰਿਹਾ ਹੈਗਾ ਤਾਂ ਫਿਰ ਤੁਹਾਡੇ ਸਾਹਿਬ ਨਾਲ ਕੌਣ ਹੋਣਾ ਚਾਹੀਦਾ ਵਕੀਲ ਤੁਸੀਂ ਦੱਸ ਸਲਾਹ ਦੇ ਦਿਓ ਕੋਈ ਕੈਪਟਨ ਸਾਹਿਬ ਨੂੰ ਕੋਈ ਵਕੀਲ ਦੀ ਦੇਖੋ ਮੈਂ ਸਮਝਦਾ ਸੁਪਰੀਮ ਕੋਰਟ ਦੇ ਬੜੇ ਅੱਛੇ ਲਾਇਰ ਨੇ ਬੜੇ ਸੀਨੀਅਰ ਜਿਹੜੇ ਕਾਨੂੰਨ ਦਾ ਕਾਨੂੰਨਦਾਨ ਨੇ ਜਾਂ ਜਿਹੜੇ ਜਿਹੜੇ ਸੀਨੀਅਰ ਜਿਹੜੇ ਵਕੀਲ ਨੇਗੇ ਉਹਨਾਂ ਦਾ ਇੱਕ ਪੈਨਲ ਤਿਆਰ ਕਰਕੇ ਉਹਨਾਂ ਦੀ ਰਾਏ ਲੈ ਕੇ ਜਿਹੜੀ ਹੈਗੀ ਆ ਫਿਰ ਜਿਹੜਾ ਹੈਗਾ ਕੇਸ ਨੂੰ ਸੁਪਰੀਮ ਕੋਰਟ ਚ ਪਾਉਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਕੇਸ ਹੈ ਐਸਵਾਈਐਲ ਦੇ ਕੇਸ ਦੀ ਗੱਲ ਕਰ ਲਈਏ ਸਾਰੇ ਕੇਸ ਕੈਪਟਨ ਸਾਹਿਬ ਦੀ ਸਰਕਾਰ ਪਹਿਲਾਂ ਵੀ ਹਾਰੀ ਆ ਹੁਣ ਵੀ ਹਾਰੀ ਆ ਤੁਸੀਂ ਦੇਖੋ ਜਦੋਂ ਪਹਿਲਾਂ ਕੈਪਟਨ ਸਾਹਿਬ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਸੀਗੇ ਤਾਂ ਉਦੋਂ ਕੀ ਹੋਇਆ ਸੀਗਾ ਉਦੋਂ ਵੀ ਤਾਂ ਪੰਜਾਬ ਦਾ ਐਸਪੀਐਲ ਦਾ ਕੇਸ ਜਿਹੜਾ ਕਾਨੂੰਨ ਬਣਾਇਆ ਸੀ ਉਹ ਕਾਊਂਟੈਂਟਡ ਹੀ ਹੋ ਗਿਆ ਕਿਉਂ ਹਾਰ ਗਿਆ ਕਿਉਂਕਿ ਅچھے ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਵਿੱਚ ਪੈਰ ਵੀ ਨਹੀਂ ਹੋਈ ਸੋ ਮੈਂ ਬਾਰ-ਬਾਰ ਕਹਿੰਦਾ ਕਿ ਇਹ ਜਿਹੜਾ ਕਿਸਾਨ ਸੰਗਰਸ਼ਾ ਕਿਸਾਨ ਦਾ ਮੋਰਚਾਗਾ ਇਹ ਬਿਲਾਾਂ ਦੇ ਖਿਲਾਫ ਆ ਇਹਨਾਂ ਬਿਲਾਾਂ ਦੇ ਖਿਲਾਫ ਜਿਹੜੀ ਵੀ ਲੈਜਿਸਲੇਸ਼ਨ ਜਿਹੜਾ ਵੀ ਕਾਨੂੰਨ ਲੈ ਕੇ ਆਉਣਾਗਾ ਉਹ ਅੱਛੀ ਤਰ੍ਹਾਂ ਕੋਕ ਪੜਤਾਲ ਕਰਕੇ ਲੈ ਕੇ ਆਉਣਾ ਚਾਹੀਦਾ ਮਹਾਰਾ ਦੀ ਸਲਾਹ ਹੋਣੀ ਚਾਹੀਦੀ ਆ ਤਤਪੜਤ ਚ ਨਹੀਂ ਲੈ ਕੇ ਆਉਣਾ ਚਾਹੀਦਾ ਕਿਉਂਕਿ ਤੇ ਇਹ ਨਾ ਹੋਵੇ ਜੇਕਰ ਇਹ ਕੇਸ ਪੰਜਾਬ ਸਰਕਾਰ ਹਾਗੀ ਤਾਂ ਕਾਨੂੰਨ ਜਿਹੜੇ ਹੈਗੇ ਨੇ ਉਹ ਐਬਸੋਲਿਊਟ ਜੇਪੀਆ ਲਗਾਤਾਰ ਇਹ ਵੀ ਮੰਗ ਹੋ ਰਹੀ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਜੇਕਰ ਕਿਸਾਨਾਂ ਦੀ ਗੱਲ ਕਰਦੇ ਤਾਂ ਫਿਰ ਪਾਰਲੀਮੈਂਟ ਚ ਮਤਾ ਕਿਉਂ ਲੈ ਕੇ ਆ ਰਹੇ ਸਵਾਲ ਤੁਹਾਡੇ ਤੇ ਵੀ ਉੱਠ ਰਹੇ ਲਗਾਤਾਰ ਹੀ ਬਿਲਕੁਲ ਆਮ ਆਦਮੀ ਪਾਰਟੀ ਨੇ ਜੰਤਰ ਮੰਤਰ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਸਿੱਧਾ ਹੈਡ ਆਨ ਟ ਜਿਹੜਾ ਹੈ ਲਿਆਗਾ ਉਹ ਮੋਦੀ ਸਾਹਿਬ ਨੂੰ ਲਿਆਗਾ ਅਸੀਂ ਜਾ ਕੇ ਜੰਤਰ ਮੰਤਰ ਤੇ ਧਰਨਾ ਦਿੱਤਾਗਾ ਉੱਥੇ ਜਾ ਕੇ ਸਾਡੇ ਜਿਹੜੇ ਸੀਐਮ ਸਾਹਿਬ ਨੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ ਨੇ ਕਿ ਉਹ ਧਰਨੇ ਚਾਹੇ ਉਹਨਾਂ ਧਰਨੇ ਨੂੰ ਸੰਬੋਧਨ ਕੀਤਾ ਔਰ ਦੇਸ਼ ਦੀ ਜਿਹੜੀ ਇਹ ਬੀਜੇਪੀ ਸਰਕਾਰ ਨੂੰ ਲਾਹਨਤਾਂ ਪਾਈਆਂ ਉਹਦੇਖ ਦੱਸਿਆ ਕਿ ਕਿਸ ਤਰ੍ਹਾਂ ਜੀਡੀ ਜਿਹੜੀ ਆ ਫਸਲਾ ਉਹ ਸਿਰਫ 6% ਜਿਹੜੀ ਚੱਕੀ ਜਾਂਦੀ ਆ ਸੋ ਆਮ ਆਦਮੀ ਪਾਰਟੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਅੱਜ ਤੋਂ ਲੈ ਕੇ ਅੱਗੇ ਤੱਕ ਜਿੱਤ ਕੇ ਜਿਹੜੇ ਇਹ ਕਾਲੇ ਕਨੂਨ ਵਾਪਸ ਰਿਉਂਦੇ ਕਿਸਾਨ ਦੇ ਨਾਲ ਆ ਕਿਸਾਨ ਦੇ ਨਾਲ ਖੜੇ ਰਹਿਾਂਗੇ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਕਦੋਂ ਰੈਜੂਲੇਸ਼ਨ ਕਦੋਂ ਲੈ ਕੇ ਆਉਣਾਗਾ ਉਹ ਅਸੀਂ ਉਹਦੇ ਡਿਸਕਸ ਕਰ ਰਹੇ ਹਾਂ ਜੇ ਜਲਦੀ ਦਿੱਲੀ ਦੀ ਸਰਕਾਰ ਵੀ ਜਿਹੜਾ ਇਹਨਾਂ ਕਾਨੂੰਨਾਂ ਦੇ ਖਿਲਾਫ ਮਤਾਂ ਪਾ ਸਕਦੀ ਹੈ ਦੇਖੋ ਅਸੀਂ ਜਿਹੜਾ ਹੈਗਾ ਵਿਚਾਰ ਪਟਾੰਦਰਾ ਕਰ ਰਹੇ ਹਾਂ ਜਦੋਂ ਵਿਚਾਰ ਪਟਾੰਦਰਾ ਸਾਡਾ ਪੂਰਾ ਫਾਈਨਲ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਦੱਸ ਦੇਵਾਂਗੇ ਜਿੰਮ ਸਰ ਪ੍ਰਦਰਸ਼ਨਾਂ ਨਾਲ ਤਾਂ ਗੱਲ ਨਹੀਂ ਬੰਨੀ ਕਿਤੇ ਨਾ ਕਿਤੇ ਕੋਰਟ ਦੇ ਵਿੱਚ ਜਾਣਾ ਪਊਗਾ ਫਿਰ ਆਮ ਆਦਮੀ ਪਾਰਟੀ ਆਪਣਾ ਵਕੀਲ ਕੋ ਕਿਉਂ ਨਹੀਂ ਲਾ ਦਿੰਦੀ ਕਿਸਾਨਾਂ ਨਾਲ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰ ਲ ਕੇ ਤੇ ਉਹਨਾਂ ਦੇ ਹੱਕ 'ਚ ਜਾ ਕੇ ਖੜ ਜੇ ਪਟੀਸ਼ਨ ਤਾਂ ਕੋਈ ਵੀ ਪਾ ਸਕਦਾ ਹੈ ਦੇਖੋ ਅਸੀਂ ಗ್ರಾಮ ਸਭਾਵਾਂ ਬੁਲਾ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਗ੍ਰਾਮ ਸਭਾਵਾਂ ਅਸੀਂ ਆਮ ਆਦਮੀ ਪਾਰਟੀ ਦੇ ਕਨਸੈਪਟ ਤੇ ਹੋ ਰਹੇ ਜਾਂ ਲਗੀਆਂ ਪਰसों ਵੀ ਮੈਂ ਦੁਆਬੇ ਦੇ ਵਿੱਚ ਸੀਗਾ ਬਹੁਤ ਸਾਰੇ ਜਗ੍ਹਾ ਤੇ ਜਾਂਦੇ ਆ ਲੋਕ ਆਮ ਮਹਾਰੇ ਪੰਜ ਸਰਪੰਚ ਮਤੇ ਪਾ ਰਹੇ ਨੇ ਪਿੰਡ ਦੇ ਪਿੰਡ ਇਕੱਠੇ ਹੋ ਰਹੇ ਨੇਗੇ ਸੋ ਜਦੋਂ ਸਾਰੇ ਮਤਿਆਂ ਦੀ ਕਾਪੀ ਸਾਡੇ ਕੋਲੇ ਪਹੁੰਚ ਗਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਪੂਰਾ ਲੀਗਲ ਲੀਗਲੀ ਤੌਰ ਤੇ ਉਹ ਜਿਹੜਾ ਵਾਚ ਕਰਕੇ ਜੇਕਰ ਪੰਜਾਬ ਸਰਕਾਰ ਨਾ ਗਈ ਜੇਕਰ ਪੰਜਾਬ ਸਰਕਾਰ ਨਾ ਗਈ ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਜਾਊਗੀ ਮੇਰਾ ਆਖਰੀ ਸਵਾਲ ਵਿਧਾਨ ਸਭਾ ਚ ਹੋਰ ਕਿਹੜੇ ਕਿਹੜੇ ਮੁੱਦੇ ਜਿਹੜੇ ਚੁੱਕ ਤੋ ਆਵਾਦੀ ਪਾਰਟੀ ਜਿਹੜੇ ਉਠਾਉਣਾ ਚਾਹੁੰਦੀ ਵਿਧਾਨ ਸਭਾ ਦੇ ਵਿੱਚ ਦੇਖੋ ਕੱਲ ਦਾ ਜਿਹੜਾ 19 ਤਰੀਕ ਦਾ ਸੈਸ਼ਨ ਆ ਉਹ ਕੱਲਾ ਕਿਸਾਨ ਨੂੰ ਲੈ ਕੇ ਆ ਕਿਸਾਨ ਦੇ ਜਿਹੜਾ ਹੈਗਾ ਤਿੰਨ ਅ ਬਿਲਾ ਨੂੰ ਲੈ ਕੇ ਅਸੀਂ ਉਹਨਾਂ ਬਿਲਾ ਦੀ ਗੱਲ ਕਰ ਰਹੇ ਹਾਂ ਅਸੀਂ ਇਹੀ ਗੱਲ ਕਹਿੰਦੇ ਇੱਕ ਦਿਨ ਦੇ ਸੈਸ਼ਨ ਨਾਲ ਕੁਝ ਨਹੀਂ ਹੋਣਾ 7 ਦਿਨ ਦਾ ਹੋਣਾ ਚਾਹੀਦਾ ਇਸ ਤੋਂ ਬਿਨਾਂ ਜਿਹੜਾ ਇੱਕ ਸਪੈਸ਼ਲ ਸੈਸ਼ਨ ਹੋਰ ਬੁਲਾਉਣਾ ਚਾਹੀਦਾ ਚਾਹੇ ਸਕਾਲਰਸ਼ਿਪ ਦੀ ਗੱਲ ਆ ਜਾਂ ਚਾਹੇ ਉਹ ਘਰ ਘਰ ਨੌਕਰੀ ਦੇ ਰੁਜ਼ਗਾਰ ਦੀ ਗੱਲ ਆ ਚਾਹੇ ਕਿਸਾਨ ਦੇ ਮੁਕੰਮਲ ਕਰਜ਼ਾ ਮਾਫੀ ਦੀ ਗੱਲ ਆ ਜਿੰਨੇ ਵਾਦੇ ਕੈਪਟਨ ਸਾਹਿਬ ਨੇ 2017 ਚ ਕੀਤੇ ਸੀ ਇੱਕ ਵਾਦੇ ਤੇ ਕੰਮ ਨਹੀਂ ਕੀਤਾ ਅਸੀਂ ਕਹਿੰਦੇ ਇੱਕ ਲੰਬਾ ਸੈਸ਼ਨ ਘੱਟੋ ਘੱਟ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ 2-2 3-3 ਮਹੀਨੇ ਦਾ ਸੈਸ਼ਨ ਹੁੰਦੇ ਸੀਗੇ 2 ਮਹੀਨੇ ਦਾ ਸੈਸ਼ਨ ਬੁਲਾਇਆ ਜਾਵੇ ਔਰ ਸਾਡਾ ਸਾਹਮਣਾ ਕਰਨਾ ਚਾਹੀਦਾ ਵਿਰੋਧੀ ਤਰਕ ਇਸ ਲਈ ਹੁੰਦੀ ਹੈ ਵਿਰੋਧ ਇਸ ਲਈ ਹੁੰਦੀ ਹੈ ਕਿ ਜਿਹੜੇ ਗਲਤ ਕੰਮ ਸਰਕਾਰ ਕਰਦੀ ਆ ਉਹ ਸਰਕਾਰ ਨੂੰ ਜਾਣੂ ਕਰਾਉਣੇ ਤੁਸੀਂ ਇੱਥੇ ਇੱਥੇ ਗਲਤ ਕੰਮ ਕਰ ਰਹੇ ਹੋ ਪਰ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਾਹਿਬ ਲਗਾਤਾਰ ਜਿਹੜਾ ਲੋਕ ਮਸਲੇ ਤੋਂ ਭੱਜ ਰਹੇ ਨੇ ਲਗਾਤਾਰ ਵਿਧਾਨ ਸਭਾਦਤ ਆ ਜਿਹੜੀ ਵਿਰੋਧੀ ਧਿਰਾਂ ਨੂੰ ਸਾਹਮਣਾ ਕਰਨ ਤੋਂ ਭੱਜਦੇ ਨਜ਼ਰ ਆ ਰਹੇ ਨੇ ਕੀ ਆਮ ਆਦਮੀ ਪਾਰਟੀ ਦੇ ਸਾਰੇ ਜਿਹੜੇ ਐਮ ਐਲ ਏ ਕੱਲ ਸੈਸ਼ਨ ਅਟੈਂਡ ਕਰਨਗੇ ਜਾਂ ਪਿਛਲੀ ਵਾਰ ਵਾਂਗੂ ਧਰਨੇ ਪ੍ਰਦਰਸ਼ਨ ਤੇ ਬੈਠ ਜਾਣਗੇ ਆ ਰਾਜ ਭਵਨ ਦੇ ਬਾਹਰ ਦੇਖੋ ਜਿੰਨੇ ਸਾਡੇ ਬੰਦੇ ਦੀ ਰਿਪੋਰਟ ਨੈਗੇਟਿਵ ਆਊਗੀ ਉਹ ਸਾਰੇ ਬੰਦੇ ਜਿੰਨੇ ਵੀ ਹੈਗੇ ਨੇ ਉਹ ਸਾਰੇ ਪੰਜਾਬ ਵਿਧਾਨ ਸਭਾ ਦਾ ਅਸੀਂ ਸੈਸ਼ਨ ਅਟੈਂਡ ਕਰਾਂਗੇ ਜਿਨ੍ਹਾਂ ਦੀ ਪੋਜ਼ਿਟਿਵ ਆਊਗੀ ਉਹਨਾਂ ਤੇ ਬਿਲਕੁਲ ਰੋਕ ਲੱਗੀ ਹੈ ਪਰ ਲੇਕਿਨ ਅਸੀਂ ਜਿਹੜਾ ਹੈਗਾ ਸਾਰੇ ਮੈਂਬਰ ਸਾਰੇ ਪੰਜਾਬ ਦੀ ਅਸੈਂਬਲੀ ਦੇ ਮੈਂਬਰ ਸਹਿਬਾਨ ਸਾਰੇ ਜਿਹੜਾ ਹੈਗਾ ਵਿਧਾਨ ਸਭਾ ਦਾ ਸੈਸ਼ਨ ਅਟੈਂਡ ਕਰਾਂਗੇ ਇਹ ਸਨ ਵਿਰੋਧੀ ਧਰ ਦੇ ਆਰਪਾਲ ਜੀ ਮਾ ਜਿਨ੍ਹਾਂ ਦਾ ਕਹਿਣਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਹਫਤੇ ਦਾ ਸੈਸ਼ਨ ਬੁਲਾਉਣਾ ਚਾਹੀਦਾ ਤਾਂ ਜੋ ਚੰਗੀ ਤਰ੍ਹਾਂ ਗੱਲਬਾਤ ਹੋ ਸਕੇ ਪੰਜਾਬ ਦੇ ਕਿਸਾਨਾਂ ਦੇ ਮੁੱਦੇ ਉੱਪਰ ਕੈਮਰਾ ਪਰਸਨ ਮਲਿਕ ਦੇ 正定街。